ਦੀ ਇੱਕ ਨਿਸ਼ਾਨੀ ਹੈ। ਅੱਲਾ 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 ਦੀ ਰਹਿਮਤ ਹੁੰਦੀਆਂ ਨੇ, ਅੱਲਾ ਦੀ ਰਹਿਮਤ ਹੁੰਦੀਆਂ ਨੇ, ਧੀਆਂ ਤੇ ਪਰੌਣੀਆਂ ਹੁੰਦੀਆਂ ਨੇ, ਅੱਲਾ ਦੀ ਰਹਿਮਤ ਹੁੰਦੀਆਂ ਨੇ, ਧੀਆਂ ਤੇ ਪਰੌਣੀਆਂ ਹੁੰਦੀਆਂ ਨੇ, ਮਾਂ ਨਾਲ ਵਫਾਵਾਂ ਕਰਦੀਆਂ ਨੇ, ਮਾਂ ਨਾਲ ਵਫਾਵਾਂ ਕਰਦੀਆਂ ਨੇ, ਬਾਬਲ ਲਈ ਦੁਆਵਾਂ ਕਰਦੀਆਂ ਨੇ, ਮਾਂ ਬਾਪ ਦੀ ਹਿੰਮਤ ਹੁੰਦੀਆਂ ਨੇ। ਸ਼ਾਇਦ ਉਹ ਹੌਸਲਾ ਤੇਰਾ ਪੁੱਤਰ ਵੀ ਤੈਨੂੰ ਨਾ ਦੇ ਸਕੇ ਜਿਹੜੇ ਹੌਸਲੇ ਬੇਟੀਆਂ ਦੇ ਦਿੰਦੀਆਂ ਨੇ, ਸ਼ਾਇਦ ਤੇਰੇ ਬੇਟੇ ਵੀ ਉਹ ਤੇਰੇ ਨਾਲ ਮੁਹੱਬਤ ਦਾ ਇਜ਼ਹਾਰ ਨਾ ਕਰਨ ਜਿਹੜੀਆਂ ਮੁਹੱਬਤਾਂ ਤੇਰੀਆਂ ਬੇਟੀਆਂ ਨਛਾਵਰ ਕਰਦੀਆਂ ਨੇ। ਮਾਂ ਨਾਲ ਵਫਾਵਾਂ ਕਰਦੀਆਂ ਨੇ, ਬਾਬਲ ਲਈ ਦੁਆਵਾਂ ਕਰਦੀਆਂ ਨੇ, ਮਾਂ ਬਾਪ ਦੀ ਹਿੰਮਤ ਹੁੰਦੀਆਂ ਨੇ, ਧੀਆਂ ਤੇ ਪਰੌਣੀਆਂ ਹੁੰਦੀਆਂ ਨੇ। ਮੇਰੇ ਭਾਈ ਮੇਰੇ ਬਰਾਦਰ, ਉਹ ਬੇਟੀਆਂ ਨਾ ਸ਼ਿਕਵਾ ਕਰਨ ਨਸੀਬਾਂ ਦਾ, ਅੱਲਾਹ ਜ਼ੁਲ ਜਲਾਲ ਵਲ ਇਕਰਾਮ ਨੇ ਇਹ ਨਿਜ਼ਾਮ ਐਸਾ ਬਣਾ ਦਿੱਤਾ, ਨਾ ਸ਼ਿਕਵਾ ਕਰਨ ਮੁਕਦਰਾਂ ਦਾ, ਨਾ ਸ਼ਿਕਵਾ ਕਰ ਮਾਏ ਬਾਪੇ। ਬਾਪ ਨੇ ਕਿਸੇ ਅਮੀਰ ਦੇ ਘਰ ਵਿਆਹ ਦਿੱਤੀ ਏ ਤੇ ਧੀ ਨੀਵੀਂ ਪਾ ਕੇ ਟੁਰ ਗਈ ਏ, ਬਾਪ ਨੇ ਕਿਸੇ ਗਰੀਬ ਨਾਲ ਵਿਆਹ ਦਿੱਤਾ ਤੇ ਬੇਟੀ ਸਿਰ ਸੁੱਟ ਕੇ ਉਸ ਗਰੀਬ ਦੇ ਵਿਹੜੇ ਚਲੀ ਗਈ ਏ। ਇਸ ਬਾਪ ਤੇ ਮਾਂ ਨੂੰ ਇਹ ਵੀ ਪਤਾ ਉਹ ਮੇਰੀ ਬੇਟੀ ਜ਼ਮੀਨ ਜ਼ਬਾਨ ਚੋਂ ਗੱਲ ਬਾਤ ਵਿੱਚ ਕੱਢਦੀ ਏ, ਬਾਪ ਉਹਦੀਆਂ ਫਰਮਾਇਸ਼ਾਂ ਪਹਿਲਾਂ ਪੂਰੀਆਂ ਕਰ ਦਿੰਦਾ, ਜ਼ਬਾਨ ਚੋਂ ਗੱਲ ਬਾਤ ਵਿੱਚ ਨਿਕਲਦੀ ਏ। ਬਾਪ ਆਂਦਾ ਮੇਰੀ ਬੇਟੀ ਨੇ ਚੀਜ਼ ਮੰਗੀ ਏ, ਮੇਰੀ ਬੇਟੀ ਨੇ ਅੱਜ ਮੈਨੂੰ ਇੱਕ ਦੋਸਤ ਗੱਲ ਸੁਣਾ ਰਿਹਾ, ਕਹਿਣ ਲੱਗਾ ਮੈਂ ਫਲਾਂ ਜਗ੍ਹਾ ਤੇ ਆਪਣੀ ਬੇਟੀ ਦਾ ਰਿਸ਼ਤਾ ਇਸ ਵਾਸਤੇ ਨਹੀਂ ਕੀਤਾ ਕਿਉਂਕਿ ਮੇਰੀ ਬੇਟੀ ਜਦੋਂ ਵੀ ਜ਼ਬਾਨ ਚੋਂ ਕਿਸੇ ਚੀਜ਼ ਦਾ ਮੁਤਾਲਬਾ ਤੇ ਸਵਾਲ ਕਰਦੀ ਏ ਮੈਨੂੰ ਉਦੋਂ ਤੱਕ ਚੈਨ ਹੀ ਨਹੀਂ ਆਉਂਦਾ ਜਦ ਤੱਕ ਮੈਂ ਬੇਟੀ ਦੀ ਗੱਲ ਨਾ ਪੂਰੀ ਕਰ ਛੱਡਾਂ। ਉਹ ਬੇਟੀ ਜਿਹਦੇ ਨਾਜ਼ ਤੇ ਨਖਰੇ ਮਾਪੇ ਉਠਾਉਂਦੇ ਨੇ, ਉਹ ਬੇਟੀਆਂ ਜਿਨ੍ਹਾਂ ਦੀ ਜ਼ਬਾਨ ਚੋਂ ਨਿਕਲੀਆਂ ਗੱਲਾਂ ਤੇ ਬਾਪ ਆਂਦਾ ਮੇਰੀ ਇਹ ਬੇਟੀ ਏ ਮੈਂ ਆਪ ਮਿਹਨਤਾਂ ਕਰ ਲਵਾਂਗਾ, ਮਜ਼ਦੂਰੀਆਂ ਕਰ ਲਵਾਂਗਾ, ਮੈਂ ਟੋਕਰੀ ਉਠਾ ਲਵਾਂਗਾ, ਮੈਂ ਰੇੜੀ ਚਲਾ ਲਵਾਂਗਾ, ਪੁੱਤਰ ਮੈਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਾਂਗਾ। ਅੱਜ ਮਾਂ ਨੇ ਬਾਪ ਨੇ ਆਪਣੇ ਹੱਥਾਂ ਨਾਲ ਇਸ ਬੇਟੀ ਨੂੰ ਸੁਸਰਾਲ ਦੇ ਘਰ ਰਵਾਨਾ ਕਰ ਦਿੱਤਾ ਤੇ ਮਾਂ ਦੀਆਂ ਅੱਖਾਂ ਬਰਸ ਰਹੀਆਂ ਨੇ, ਆਂਦੀ ਏ ਪਤਾ ਨਹੀਂ ਮੇਰੀ ਇਸ ਲਾਡਲੀ ਬੇਟੀ ਨੂੰ ਕੱਲ ਆਪਣੇ ਘਰ ਵਿੱਚ ਸੁੱਖ ਵੀ ਨਸੀਬ ਹੁੰਦਾ ਕਿ ਨਹੀਂ। ਔਰ ਬੇਟੀਆਂ ਵਾਲਿਓ, ਮਾਪੇ ਧੀਆਂ ਦੇ ਲਾਡ ਤੇ ਉਠਾਉਂਦੇ ਨੇ, ਬੇਟੀਆਂ ਦੇ ਨਖਰੇ ਤੇ ਬਰਦਾਸ਼ਤ ਕਰਦੇ ਨੇ, ਪਰ ਉਹਨਾਂ ਮਾਪਿਆਂ ਨੂੰ ਇਹ ਨਹੀਂ ਪਤਾ ਕੱਲ ਬੇਟੀਆਂ ਦਾ ਮੁਕੱਦਰ ਕੀ ਹੋਏਗਾ। ਔਰ ਸਾਡੇ ਬਜ਼ੁਰਗ ਇੱਕ ਬਾਤ ਸੁਣਾਇਆ ਕਰਦੇ ਸਨ, ਫਰਮਾਉਂਦੇ ਨੇ ਮੈਂ ਇੰਜ ਗਲੀ ਚੋਂ ਬਾਜ਼ਾਰ ਚੋਂ ਗੁਜ਼ਰ ਰਿਹਾ ਵਾਂ, ਇੱਕ ਵਡੇਰੀ ਜੀ ਅੰਮਾ ਤੇ ਇੰਜ ਨਾ ਦਰਵਾਜ਼ੇ ਚ ਆਪਣੀ ਬੇਟੀ ਨੂੰ ਅਲਵਿਦਾ ਕਰ ਰਹੀ ਏ, ਬੇਟੀ ਨੂੰ ਸੀਨੇ ਨਾਲ ਲਾਇਆ, ਸਿਰ ਤੇ ਹੱਥ ਰੱਖਿਆ ਤੇ ਮਾਂ ਦੀਆਂ ਅੱਖਾਂ ਚੋਂ ਮੋਟੇ ਮੋਟੇ ਅਥਰੂ ਡਿੱਗਦੇ ਨੇ ਪੈ ਤੇ ਆਂਦੀ ਏ ਪੁੱਤਰ ਮੁਕੱਦਰ ਮੈਂ ਨਹੀਂ ਬਣਾਏ, ਮੁਕੱਦਰ ਤੇ ਤੇਰੇ ਰੱਬ ਨੇ ਬਣਾਏ ਨੇ, ਮੇਰੀ ਬੇਟੀ ਮੁਕੱਦਰ ਮੈਂ ਨਹੀਂ ਬਣਾਏ, ਮੁਕੱਦਰ ਮੇਰੇ ਰੱਬ ਨੇ ਬਣਾਏ ਨੇ। ਇਸ ਵਾਸਤੇ ਦੋਸਤੋ
ਇਹਨਾਂ ਬੇਟੀਆਂ ਨੂੰ ਵੇਖ ਕੇ ਮੱਥੇ ਵੱਟ ਨਾ ਪਾਇਆ ਕਰੋ, ਕਿਉਂ ਮੇਰੇ ਤੇ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਪਾਕ ਪੈਗੰਬਰ ਦੀ ਜ਼ਬਾਨ ਏ, ਨਬੂਵਤ ਦੇ ਅਲਫਾਜ਼ ਨੇ। ਹਜ਼ੂਰ ਫਰਮਾਉਂਦੇ ਨੇ ਜਿਸ ਬੰਦੇ ਨੂੰ ਅੱਲਾ ਨੇ ਦੋ ਬੇਟੀਆਂ ਅਤਾ ਫਰਮਾ ਦਿੱਤੀਆਂ, ਉਹਦੀਆਂ ਖਿਦਮਤਾਂ ਕੀਤੀਆਂ, ਉਹਦੀਆਂ ਅੱਛੇ ਅੰਦਾਜ਼ ਨਾਲ ਪਰਵਰਿਸ਼ਾਂ ਕੀਤੀਆਂ ਨੇ। ਆਕਾ ਫਰਮਾਉਂਦੇ ਨੇ ਅੱਛੀ ਤਰਬੀਅਤ ਕੀਤੀ, ਫਿਰ ਅੱਛਾ ਰਿਸ਼ਤਾ ਲੱਭ ਕੇ ਉਸ ਬੇਟੀ ਦਾ ਨਿਕਾਹ ਕਰ ਦਿੱਤਾ। ਆ ਫਰਮਾਉਂਦੇ ਨੇ ਜਿਵੇਂ ਇਹ ਦੋ ਉਂਗਲਾਂ ਇਕੱਠੀਆਂ ਨੇ, ਇਵੇਂ ਉਹ ਖੁਸ਼ ਨਸੀਬ ਜੰਨਤ ਵਿੱਚ ਮੇਰੇ ਨਾਲ ਇਕੱਠਾ ਹੀ ਹੋਏਗਾ।